ਸਾਨੂੰ ਇਸ ملک ਤੋਂ ਕੁਝ ਨਹੀਂ ਚਾਹੀਦਾ ਸੈਂਡਕ ਦਾ ਸੋਨਾ ਨਹੀਂ ਚਾਹੀਦਾ ਗਵਾਦਰ ਦੀ ਬੰਦਰਗਾਹ ਨਹੀਂ ਚਾਹੀਦੀ ਬਸ ਸਾਨੂੰ ਸਾਡੇ ਪਿਆਰੇ ਵਾਪਸ ਕਰ ਦਿਓ ਮੇਰੀ ਉਮਰ ਦੇ ਸਾਹੀ ਮੈਂ ਰੰਗ ਤੇ ਸਮੀ ਬਲੋਚ ਨੂੰ ਉਦੋਂ ਤੋਂ ਵੇਖ ਰਹੇ ਨੇ ਜਦੋਂ 10-12 ਸਾਲ ਦੀਆਂ ਬੱਚੀਆਂ ਸਾਂ ਸਵਾਲ ਉਹਨਾਂ ਦਾ ਉਦੋਂ ਵੀ ریاست ਕੋਲ ਇਹ ਹੀ ਸੀ ਵੀ ਤੁਸੀਂ ਸਾਡਾ ਭਰਾ ਸਾਡਾ ਪਿਓ ਸਾਡੇ ਪੁੱਤਰ ਚੁੱਕ ਕੇ ਲੈ ਗਏ ਹੋ ਸਾਡੇ ਕੋਲ ਸਾਰੇ ਸਬੂਤ ਮੌਜੂਦ ਨੇ ਜੇ ਉਹਨਾਂ ਨੇ ਕੋਈ ਜੁਰਮ ਕੀਤਾ ਹੈ ਤੇ ਉਹਨਾਂ ਨੂੰ ਅਦਾਲਤ 'ਚ ਪੇਸ਼ ਕਰੋ ਇਹ ਬੱਚੀਆਂ ਪ੍ਰੋਟੈਸਟ ਕਰਦੀਆਂ ਕਰਦੀਆਂ ਵੱਡੀਆਂ ਹੋ ਗਈਆਂ ਨੇ ਹੁਣ ਕਦੀ ਤੰਗ ਆ ਕੇ ਇਹ ਵੀ ਐਦਨੀਆਂ ਨੇ ਵੀ ਜੇ ਸਾਡੇ ਪਿਆਰੇ ਨੂੰ ਤੁਸੀਂ ਮਾਰ ਛੱਡਿਆ ਤੇ ਉਹਦੀਆਂ ਹੱਡੀਆਂ ਹੀ ਸਾਨੂੰ ਵਾਪਸ ਕਰ ਦਿਓ ਤਾਂ ਕਿ ਸਾਨੂੰ ਸਬਰ ਆ ਜਾਏ ਉਹਨਾਂ ਦੇ ਸਵਾਲ ਦਾ ਜਵਾਬ ਰਿਆਸਤ ਕੋਲ ਉਦੋਂ ਵੀ ਕੋਈ ਨਹੀਂ ਸੀ ਤੇ ਅੱਜ ਵੀ ਕੋਈ ਨਹੀਂ ਉਹ ਫੇਰ ਇਸਲਾਮਾਬਾਦ ਆਈਆਂ ਨੇ ਤੇ ਇਹ ਹੀ ਸਵਾਲ ਪੁੱਛਦੀਆਂ ਨੇ ਤੇ ਅੱਗੋਂ ਰਿਆਸਤ ਉਹਨਾਂ ਨੂੰ ਇਹ ਕਹਿ ਰਹੀ ਹੈ ਵੀ ਤੁਸੀਂ ਵਾਪਸ ਚੁੱਪ ਕਰਕੇ ਘਰ ਚਲੇ ਜਾਓ ਤੁਸੀਂ ਆਪ ਸੋਚੋ ਜੇ ਤੁਹਾਡੇ ਭਰਾ ਨੂੰ ਤੁਹਾਡੇ ਪਿਓ ਨੂੰ ਤੁਹਾਡੇ ਪੁੱਤਰ ਨੂੰ ਕੋਈ ਚੁੱਕ ਕੇ ਲੈ ਜਾਏ ਤੇ ਤੁਸੀਂ ਘਰ ਚੁੱਪ ਕਰਕੇ ਬਹਿ ਜਾਓਗੇ। ਅਗਰ ਬੱਚਾ ਸਕੂਲੋਂ ਅੱਧਾ ਘੰਟਾ ਲੇਟ ਹੋ ਜਾਏ ਤੇ ਬੰਦੇ ਦੀ ਜਾਨ ਕੰਬ ਜਾਂਦੀ ਹੈ। ਬੰਦੇ ਨੂੰ ਛੱਡੋ ਘਰ ਦਾ ਪਾਲਤੂ ਜਾਨਵਰ ਕੋਈ ਕੁੱਤਾ ਬਿੱਲੀ ਵੀ ਗਵਾਜ ਜਾਵੇ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਘਰ ਰੋਟੀ ਨਹੀਂ ਪੱਕਦੀ। ਇਸ ਦਫਾ ਇਸਲਾਮਾਬਾਦ ਜਿਹੜੇ ਲੋਗ ਆਏ ਨਹੀਂ ਉਹਨਾਂ ਚ ਇੱਕ 10-12 ਸਾਲ ਦੀ ਬੱਚੀ ਵੀ ਹੈ ਗੁਲ ਸ਼ਹਿਜ਼ਾਦੀ ਉਨ ਨੇ ਬੜੀ ਇਸਲੀ ਸੁਰਦੂ ਵਿੱਚ ሪያਸਤ ਨੂੰ ਇੱਕ ਪਗਾਮ ਦਿੱਤਾ ਹੈ ਮਿਸਾਨੂ ਇਸ ਨੂੰ ਕੁਝ ਨਹੀਂ ਚਾਹੀਦਾ ਜੇ ਉਰਦੂ ਸਮਝ ਨਹੀਂ ਆਈ ਤੇ ਮੈਂ ਅੰਗਰੇਜ਼ੀ ਵਿੱਚ ਮੁਖਤਸਰ ਜਿਹਾ ਤਰਜਮਾ ਕਰ ਦੇਣਾ ਵੀ ਡੋਂਟ ਵਾਂਟ ਐਨੀਥਿੰਗ ਫਰਮ ਦਿਸ ਕੰਟਰੀ ਵੀ ਡੋਂਟ ਵਾਂਟ ਐਨੀ ਰਾਈਟਸ ਵੀ ਡੋਂਟ ਵਾਂਟ ਸੈਂਡਰ ਗੋਲਡ ਵੀ ਡੋਂਟ ਵਾਂਟ ਗਵਾਦਰ ਪੋਰਟਸ ਵੀ ਡੋਂਟ ਵਾਂਟ ਇਲੈਕਟ੍ਰਿਸਿਟੀ অর ਗੈਸ ਵੀ ਵਾਂਟ ਨੱਥਿੰਗ ਜਸਟ ਗਿਵ ਅਸ ਆਰ ਲਵਡ ਵਨਸ ਜੇ ਅੰਗਰੇਜ਼ੀ ਵਿੱਚ ਸਮਝ ਨਹੀਂ ਆਈ ਤੇ ਮੈਂ ਪੰਜਾਬੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਨਾ ਬੱਚੀ ਕਹਿ ਰਹੀ ਹੈ ਸਾਨੂੰ ਇਸ ਮੁਲਕ ਤੋਂ ਕੁਝ ਨਹੀਂ ਚਾਹੀਦਾ ਸੈਂਡਕ ਦਾ ਸੋਨਾ ਨਹੀਂ ਚਾਹੀਦਾ ਗਵਾਦਰ ਦੀ ਬੰਦਰਗਾਹ ਨਹੀਂ ਚਾਹੀਦੀ ਅਸੀਂ ਤੁਹਾਡੇ ਤੋਂ ਬਿਜਲੀ ਗੈਸ ਨਹੀਂ ਮੰਗਦੇ ਬਸ ਸਾਨੂੰ ਸਾਡੇ ਪਿਆਰੇ ਵਾਪਸ ਕਰ ਦਿਓ ਜਦੋਂ ਪਾਕਿਸਤਾਨ ਦੀ ریاست ਇਸ ਬੱਚੀ ਦੇ ਸਵਾਲ ਦਾ ਜਵਾਬ ਦੇਣ ਦੇ ਕਾਬਿਲ ਹੋ ਜਾਏਗੀ ਤੇ ਉਦੋਂ ਫਿਰ ਜਿੰਨੂੰ ਚਾਵੇ ਮੈਡਲ ਵੰਡਦੀ ਫਿਰੇ ਉਦੋਂ ਤੱਕ ਸਾਨੂੰ ਵੀ ਇਸ ریاست ਤੋਂ ਕੁਝ ਨਹੀਂ ਚਾਹੀਦਾ